ਬੰਗਾ ਦੇ ਸਦਰ ਥਾਣੇ ਦੇ ਪਿਛਲੇ ਪਾਸੇ ਪਸ਼ੂਆਂ ਨੂੰ ਕਰੰਟ ਲੱਗਣ ਨਾਲ 3 ਪਸ਼ੂਆਂ ਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਅਬਦੁੱਲਾ ਪੁੱਤਰ ਫਤਿਹ ਮੁਹੰਮਦ ਨੇ ਦੱਸਿਆ ਕਿ ਸਵੇਰੇ ਥਾਣਾ ਸਦਰ ਬੰਗਾ ਦੇ ਪਿਛਲੇ ਪਾਸੇ ਉਸਦੇ ਪਸ਼ੂ ਚਾਰਾ ਚੁਗ ਰਹੇ ਸਨ ਕਿ ਪਲਾਟਾਂ ਦੇ ਵਿੱਚੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਵਿੱਚੋਂ ਇੱਕ ਟੁੱਟੀ ਹੋਈ ਤਾਰ ਦੀ ਲਪੇਟ ਵਿੱਚ ਆ ਗਏ। ਤਿੰਨਾਂ ਪਸ਼ੂਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਹਨਾਂ ਦੱਸਿਆ ਕਿ ਉਹਨਾਂ ਦਾ 2 ਲੱਖ ਦੇ ਕਰੀਬ ਨੁਕਸਾਨ ਹੋ ਗਿਆ। ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਆਰਥਿਕ ਸਹਾਇਤਾ ਕੀਤੀ ਜਾਵੇ। ਪੱਤਰਕਾਰ ਤੇਜ ਪ੍ਰਕਾਸ਼ ਖਾਸਾ ਦੀ ਬੰਗਾ ਤੋਂ ਰਿਪੋਰਟ। ਮੇਰਾ ਨਾਮ ਅਬਦੁੱਲਾ ਜੀ। ਸਾਡੇ ਇੱਥੇ ਪਸ਼ੂ ਚੁਗਦੇ ਸੀ ਥਾਣੇ ਦੇ ਪਿੱਛੇ, ਸਦਰ ਥਾਣੇ ਦੇ ਪਿੱਛੇ। ਤਾਰ ਡਿੱਗੀ ਸੀ, 4-5 ਦਿਨ ਹੋ ਗਏ ਖੰਭੇ ਦੀ, ਅਤੇ ਉਹ ਪਸ਼ੂ ਭੱਜ ਕੇ ਨਾ ਤਾਰ 'ਚ ਫਸ ਗਏ ਜਾ ਕੇ। 3 ਪਸ਼ੂ ਸਾਡੇ ਮਰ ਗਏ ਕਰੰਟ ਲੱਗਣ ਨਾਲ। ਹਾਂਜੀ, ਪਸ਼ੂ ਮੇਰੇ ਕੋਲ 5 ਆ ਜੀ। 3 ਪਸ਼ੂ ਮਰ ਗਏ, ਸਾਡਾ ਘੱਟੋ ਘੱਟ ਜੀ 2 ਲੱਖ ਦਾ ਨੁਕਸਾਨ ਹੋ ਗਿਆ। ਲੱਖ ਰੁਪਏ ਦੀ ਮੱਝ ਜੀ ਮੇਰੀ। ਹਾਂਜੀ ਹਾਂਜੀ, ਤਾਰ ਜਿੱਦਾਂ ਪਹਿਲਾਂ ਦੀ ਡਿੱਗੀ ਅਸੀਂ, ਪਹਿਲਾਂ ਦੀ ਟੁੱਟੀ ਉਹ 4-5 ਦਿਨ ਪਹਿਲਾਂ ਦੀ। ਨਹੀਂ ਅਜੇ ਨਹੀਂ ਆਏ ਜੀ, 2 ਘੰਟੇ ਹੋ ਗਏ ਫੋਨ ਕਰਦਿਆਂ ਨੂੰ ਇੱਥੋਂ। ਆ ਬੰਦੇ ਪਿੱਛੇ ਘਰਾਂ ਵਾਲੇ, ਮਕਾਨ ਵਾਲੇ ਉਹਨਾਂ ਨੂੰ ਫੋਨ ਲਾਇਆ ਸੀ, ਚੱਕਿਆ ਨਹੀਂ ਕਿਸੇ ਨੇ। ਹਾਂਜੀ ਹਾਂਜੀ, ਥਾਣੇ ਦੇ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਵੀ ਸਾਨੂੰ ਮੁਆਵਜ਼ਾ ਦਿੱਤਾ ਜਾਵੇ। ਨੁਕਸਾਨ ਬਹੁਤ ਹੋ ਗਿਆ, ਤੋਂ ਇਹੀ ਮੰਗ ਕਰਦੇ ਹਾਂ ਵੀ ਸਾਨੂੰ ਮੁਆਵਜ਼ਾ ਦਿੱਤਾ ਜਾਵੇ।